ਲੋ ਜੀ ਗੱਲ ਇਹ ਆ ਵੀ ਪਹਿਲੇ ਦੱਸੋ ਵੀ ਤੁਹਾਡੇ ਵਾਲਾ ਸ਼ੌਂਕ ਜਿਹੜਾ ਪਹਿਲੇ ਟਰੈਕਟਰ ਤੇ ਔਜ਼ਾਰ ਤੇ ਉਹਨੂੰ ਫਾਰਮ ਤੇ ਦਿਖਾਈਏ ਚੋਲ ਸਾਹਿਬ ਦੇ ਜਾਂ ਪਹਿਲੇ ਮੱਝਾਂ ਗਾਵਾਂ ਦਿਖਾਈਏ। ਮੇਰਾ ਖਿਆਲ ਆ ਵੀ ਮੱਝਾਂ ਗਾਵਾਂ ਪਹਿਲੇ ਦਿਖਾ ਦਈਏ ਆਪਾਂ ਤੁਹਾਨੂੰ ਤੇ ਫਾਰਮ ਦੇ ਤੇ ਔਜ਼ਾਰ ਜਿਹੜੇ ਨੇ ਉਹ ਤੁਹਾਨੂੰ ਬਾਅਦ 'ਚ ਦਿਖਾਈਏ। ਟਰੈਕਟਰ ਦੀ ਛੋਟੀ ਜਿਹੀ ਟੈਸਟਿੰਗ ਕਰਨ ਵਾਸਤੇ ਮੇਰਾ ਚੱਕਰ ਲੱਗਾ ਸੀ ਭਾਈ ਅਹਿਮਦ ਸਾਹਿਬ ਨੇ, ਭਾਈ ਤਹਿਰ ਇਕਬਾਲ ਸਾਹਿਬ ਨੇ, ਅਤੇ ਇੱਥੇ ਇਹਨਾਂ ਕੋਲ ਮਾਸ਼ਾਅੱਲਾ ਕੋਈ 8-10 ਰੁਪਏ ਦੀ ਖੇਤੀ ਹੈ ਅਤੇ ਇਹਨਾਂ ਦੇ ਫਾਰਮ 'ਤੇ ਟਰੈਕਟਰ ਟੈਸਟ ਹੋ ਗਿਆ ਸੀ। ਹੁਣ ਆਪਾਂ ਇਹਨਾਂ ਦੇ ਜਾਨਵਰ ਪਹਿਲੇ ਤੁਹਾਨੂੰ ਦਿਖਾਉਂਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਤੈਨੂੰ ਟਰੈਕਟਰ ਅਤੇ ਔਜ਼ਾਰ ਦਿਖਾਉਂਦੇ, ਕਿਉਂਕਿ ਟਰੈਕਟਰ ਔਜ਼ਾਰ ਤਾਂ ਫਿਰ ਸਾਰਾ ਦਿਨ ਚੱਲ ਹੀ ਰਹੇ ਨੇ ਨਾ। ਹਾਂਜੀ, ਮੈਂ ਹੁਣ ਕੈਮਰੇ ਦੇ ਸਾਹਮਣੇ ਘੱਟ ਅਤੇ ਮੈਂ ਮਾਸ਼ਾਅੱਲਾ ਇਹਨਾਂ ਦੇ ਜਾਨਵਰ ਦਿਖਾਊਂਗਾ ਅਤੇ ਨਾਲ ਨਾਲ ਭਾਈ ਹੁਣਾਂ ਕੋਲ ਪੁੱਛੂ ਦੱਸੂੰਗਾ ਕੁਛ ਗੱਲਾਂ। ਭਾਈ ਕਿੰਨੀਆਂ ਮਾਸ਼ਾਅੱਲਾ ਮੱਝਾਂ ਤਕਰੀਬਨ? ਮੱਝਾਂ ਸਾਡੇ ਕੋਲ ਤਕਰੀਬਨ ਹੈ 20 ਦੇ ਕਰੀਬ ਜਿਹੜੀਆਂ ਹੁਣ ਸੂਣ ਵਾਲੀਆਂ। ਮਾਸ਼ਾਅੱਲਾ, ਹਾਂਜੀ ਸਹੀ। ਇਹ ਨਾਰਾ ਸਾਡਾ ਜਿਹੜਾ। ਅੱਛਾ ਜੀ, ਇਹ ਵਾਲਾ ਸਹੀ ਹੈ। ਲੇਕਿਨ ਉਹ ਚੇਂਜ ਕਰਨਾ ਸੀ, ਇਹਦੀਆਂ 3 ਨਸਲਾਂ ਸਾਡੇ ਕੋਲ ਆ ਗਈਆਂ। ਅੱਛਾ ਜੀ, ਲੱਭਦੇ ਪਏ ਆ ਇਨਸ਼ਾਅੱਲਾ ਨਵਾਂ ਮਾਲੀ ਜਿਹੜਾ ਸੀ। ਹਾਂਜੀ ਭਾਈ, ਤੇ ਇਹਨਾਂ ਦਾ ਪਾਣੀ ਪੂਣੀ ਦਾ ਸਿਸਟਮ ਉਧਰ ਬਣਾਇਆ? ਪਾਣੀ ਪੀਣ ਲਈ ਹੋਦੀ ਆ। ਸਹੀ ਹੈ, ਆਓ ਜ਼ਰਾ ਉਧਰ ਦੀ ਚਲੀਏ ਫਿਰ। ਆ ਕੁੱਕੜ ਸ਼ੁਕੜ ਵੀ ਆਪ ਰੱਖੇ ਆ ਜੀ ਜਾਂ ਮੁੰਡਿਆਂ ਨੇ ਰੱਖੇ? ਅੱਛਾ, ਇਹਦੇ ਉੱਤੋਂ ਸਿਸਟਮ ਖਾਸ ਲਈ। ਵੈਰੀ ਗੁੱਡ, ਵੈਰੀ ਗੁੱਡ। ਜੀ ਇਹ ਤਕਰੀਬਨ ਕਿੰਨੇ ਆ ਜੀ ਲੰਬਾਈ ਇਹਦੀ? 50 ਫੁੱਟ ਹੈ ਜੀ ਤਕਰੀਬਨ ਇਹ, ਤੇ 20 ਫੁੱਟ ਲਗਭਗ ਚੜਾਈ ਹੈ ਇਹਦੀ। ਅੱਛਾ, ਇਹਦੇ ਇਹ ਥੱਲਿਓਂ ਪੈਨ ਚੱਲੇ ਤੇ ਫਿਰ ਇਹਦੇ ਹੋਰ ਕੋਨੇ ਤੇ ਇਹਦੇ ਹੈ ਆਪਣਾ ਇੱਕ ਸੁਰਾਖ। ਅੱਛਾ ਜੀ, ਉੱਥੇ ਲੋਹੇ ਦਾ ਲੱਗਾ ਹੋਇਆ ਇਹਨੂੰ ਟੱਕਰ। ਹਾਂਜੀ, ਬਾਹਰ ਕੱਢ ਦੇ ਉਹ ਵੀ ਰੱਸਾ ਪਾ ਕੇ ਖਿੱਚ ਦਿੰਦੇ ਆ। ਹਾਂਜੀ, ਤੇ ਉਹਦੇ ਨਾਲ ਇਹ ਹੁੰਦਾ ਵਾ ਵੀ ਫਿਰ ਥੱਲਿਓਂ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ। ਅੱਛਾ ਜੀ, ਆਮ ਰੂਟੀਨ ਚ ਜਦੋਂ ਅਸੀਂ ਭਰਨਾ ਫਿਰ ਇਹਨੂੰ ਭਰ ਦਿੰਦੇ ਆ ਤੇ ਉੱਤੋਂ ਦੀ ਪਾਣੀ ਨਿਕਲਦਾ ਨਹੀਂ। ਹਾਂ, ਯਾਨੀ ਉਦਾਂ ਪਾਣੀ ਉੱਤੋਂ ਦੀ ਨਿਕਲਦਾ ਜੀ ਇਹਨਾਂ ਦਾ ਇਹਦੇ ਤੋਂ ਖਾਡੇ ਚੋਂ, ਤੇ ਜਦੋਂ ਫਿਰ ਇਹ ਖਾਡੇ ਨੂੰ ਖਾਲੀ ਕਰਨਾ ਹੋਵੇ ਥਰਡੀ ਸਾਈਡ ਤੇ ਜਗ੍ਹਾ ਬਣੀ ਇਦਾਂ ਹੀ ਆ ਜੀ। ਹਾਂਜੀ ਹਾਂਜੀ, ਉਹ ਫਿਰ ਸਾਰਾ ਹੀ ਪਾਣੀ ਸਾਫ਼ ਹੋ ਜਾਂਦਾ ਦੁਬਾਰਾ ਫਿਰ ਤਾਜ਼ਾ। ਹਾਂਜੀ ਹਾਂਜੀ, ਤੇ ਕਿੰਨੇ ਮਿੰਟ ਤਕਰੀਬਨ ਚੱਲ ਕੇ? 45 ਮਿੰਟ ਰੁਪਏ ਚੱਲਦੀ ਹੈ ਜੀ ਖਾਡੇ ਚੋਂ ਪਾਣੀ ਫਲੋ ਹੁੰਦਾ। ਵੈਰੀ ਗੁੱਡ ਜੀ, 45 ਮਿੰਟ ਤੋਂ ਬਾਅਦ ਫਿਰ ਇਹ ਖਾਡਾ ਭਰੀਣ ਤੋਂ ਬਾਅਦ ਬਾਹਰ ਜਾਂਦਾ ਪਾਣੀ। ਇਹ ਬਹੁਤ ਅੱਛੀ ਤਕਨੀਕ ਲਾਈ ਹੈ ਜੀ ਤੁਸੀਂ, ਜਿਹੜਾ ਪਾਣੀ ਬਦਲਿਆ ਜਾਂਦਾ ਨਾ ਖਾਡੇ ਦਾ, ਇਹ ਵੇਖੋ ਥੱਲੇ ਤੱਕ ਸ਼ਫਾਫ ਆ। ਹਾਲਾਂਕਿ ਜਾਨਵਰ ਵਿੱਚ ਵੜਦੇ ਤਾਂ ਇਹਦੀ ਹਾਲਤ ਖਰਾਬ ਹੋ ਜਾਵੇ। ਸਹੀ, ਇਹ ਸੈਲਜ ਬਣਾਇਆ ਹੁੰਦਾ ਜੀ ਫਿਰ? ਸਹੀ ਹੈ, ਇੱਕ ਬੰਕਰ ਰਹਿ ਗਿਆ ਹੁਣ ਆਖਰੀ। ਹਾਂਜੀ, ਤੇ ਬਾਕੀ ਹੁਣ ਇਨਸ਼ਾਅੱਲਾ ਇੱਕ ਬੰਕਰ ਸਾਡੇ ਕੋਲ ਅੰਦਰ ਆ। ਸਹੀ ਹੈ, ਤੇ 2 ਬਾਹਰ ਆ। ਸਹੀ ਹੈ ਜੀ, ਤੇ ਇਹਦਾ ਜਿਹੜਾ ਇਹ ਵਾਲਾ ਸੋਲਰ ਆ ਇਹ ਕੀ ਕਿੰਨੇ ਕੇਵੀ ਦਾ ਲੱਗਾ ਭਾਈ? 6 ਕਿਲੋਵਾਟ, ਸਾਢੇ 6 ਕਿਲੋਵਾਟ, 12 ਪਲੇਟਾਂ ਜੀ ਫਿਲਹਾਲ। ਸਹੀ ਹੈ, ਤੇ ਪ੍ਰੋਗਰਾਮ ਸੀ ਸਾਡਾ ਨੈਟ ਮੀਟਰਿੰਗ ਕਰਾਉਣ ਦਾ 2 ਅਲਦੀ ਦਾ। ਹਾਂਜੀ, ਲੇਕਿਨ ਉਹ ਪ੍ਰੋਸੈਸ ਕੁਛ ਲੰਬਾ, ਕੁਛ ਪੈਸੇ ਬਹੁਤ ਮੰਗਦੇ, 1,20,000 ਰੁਪਇਆ, 1.5 ਲੱਖ ਰੁਪਇਆ ਦਿੱਤਾ ਸੀ ਵੈਸੇ ਤਾਂ। ਹਾਂਜੀ, ਲੇਕਿਨ ਮੁੰਡਾ ਬੂਰੇ ਵਾਲੇ ਦਾ ਸੀਗਾ ਤੇ ਉਹ ਨਹੀਂ ਕਰਵਾ ਸਕਿਆ, ਇੱਥੇ ਜਿਹੜਾ ਬੰਦਾ ਸੀ ਉਹਨੇ ਪੈਸੇ ਜ਼ਿਆਦਾ ਮੰਗੇ, ਉਹਨੇ ਦਿੱਤੇ ਨਹੀਂ। ਹਾਂਜੀ, ਉਹ ਫਿਰ ਪੈਸੇ ਸਾਡੇ ਵਾਪਸ ਹੋ ਗਏ। ਸਹੀ ਸਹੀ, ਹੁਣ ਸਿਰਫ ਆਪਣੀ ਜ਼ਾਤੀ ਜ਼ਰੂਰਤ ਨੂੰ ਇਸਤੇਮਾਲ ਕਰ। ਸਹੀ ਹੋ ਗਏ, ਇਹ ਹੁਣ ਟਰਪੈਨ ਵੀ ਸੋਲਰ ਤੇ ਹੈ ਜੀ ਆਪਣੀ? ਨਹੀਂ, ਅੱਛਾ, ਇਹ ਵਾਪ ਦਾ ਡੇਰੇ ਦਾ ਨਿਜ਼ਾਮ ਸਾਰਾ। ਹਾਂਜੀ, ਜਿਹਦੇ ਵਿੱਚ ਪੱਠਿਆਂ ਦੀਆਂ ਮੋਟਰਾਂ ਆਉਂਦੀਆਂ। ਹਾਂਜੀ, ਪਾਣੀ ਜਿਹੜੀ ਟਰਬਾਈਨ ਹੈ, ਪੰਪ ਦਾ ਲੱਗਾ ਹੋਇਆ, ਘਰਾਂ ਦੀਆਂ ਲਾਈਟਾਂ ਜਿੰਨੀਆਂ ਸਾਰੀਆਂ। ਸਹੀ, ਪੱਕਾ ਹੋ ਗਿਆ ਜਿਹੜੇ ਏਸੀ ਜਿਹੜਾ ਸਾਡਾ ਕਮਰੇ ਚੱਲਦਾ ਉਹ। ਹਾਂਜੀ, ਇਹ ਸਾਰਾ ਨਿਜ਼ਾਮ ਜਿਹੜਾ ਸੀ ਦਿਨ ਦੇ ਵਿੱਚ ਫਿਰ ਸਾਰਾ ਚੱਲਦਾ ਰਹਿੰਦਾ। ਸਹੀ, ਆਪਣਾ ਸੋਲਰ ਤੇ। ਸਹੀ, ਰਾਤ ਨੂੰ ਫਿਰ ਵਾਪਸ ਕਰ ਦਿੰਦੇ। ਠੀਕ ਹੋ ਗਿਆ ਜੀ, ਤੇ ਇਹ ਵਾਲਾ ਡੇਰੇ ਦੇ ਉੱਪਰ ਜਿਹੜੇ ਪਿੰਜਰੇ ਆਪਾਂ ਬਣਾਏ ਹੋਏ ਨੇ ਸਾਰੇ ਤੋੜ ਤੱਕ, ਇਹਦੇ ਵਿੱਚ ਕੀ ਕੀ ਚੀਜ਼ਾਂ ਰੱਖੀਆਂ ਹੋਈਆਂ ਨੇ? ਇਹਦੇ ਵਿੱਚ ਤਾਂ ਮੋਰ ਆ। ਹਾਂਜੀ, ਤੇ ਅੱਗੇ ਕੁਝ ਮੁਰਗੀਆਂ, ਕੁਝ ਕਬੂਤਰ ਆ। ਸਹੀ ਹੈ, ਲੇਕਿਨ ਗਰਮੀ ਬੜੀ ਪੈਂਦੀ ਹੈ, ਪਰਿੰਦਿਆਂ ਦਾ ਨਿਜ਼ਾਮ ਇੱਥੇ ਉੱਤੇ ਜਿਹੜਾ ਨਾ ਉਹ ਕਾਮਯਾਬ ਨਹੀਂ ਗਾ। ਸਰਦੀਆਂ ਨੂੰ ਬਹੁਤ ਅੱਛਾ ਰਹਿੰਦਾ। ਹਾਂਜੀ, ਤੇ ਗਰਮੀਆਂ ਨੂੰ ਜਾਂ ਤਾਂ ਫਿਰ ਥੱਲੇ ਉਤਾਰੀ ਅਸੀਂ ਮੁਰਗੀਆਂ ਨੂੰ, ਫਿਰ ਖੋਲ ਦਿੰਦੇ ਉਹਨਾਂ ਦੇ ਪਿੰਜਰੇ, ਉਹ ਫਿਰ ਸੀੜੀਆਂ ਥਾਈਂ ਥੱਲੇ ਆ ਜਾਂਦੇ ਆ। ਸਹੀ, ਤੇ ਫਿਰ ਆ ਜਿਸ ਤਰ੍ਹਾਂ ਇਹ ਰਾਤ ਨੂੰ ਸ਼ਾਮ ਨੂੰ ਫਿਰ ਆਪੇ ਤਾਂ ਚੜ ਜਾਂਦੀਆਂ। ਸਹੀ ਸਹੀ, ਜਿਹੜੇ ਥੱਲੇ ਉੱਤਰ ਤੇ ਚੜ੍ਹਦੇ ਆਉਂਦੇ ਜਾਂਦੇ, ਬਿੱਲੀ ਬੁੱਲੀ ਦਾ ਖਤਰਾ ਤਾਂ ਨਹੀਂ ਹੈ ਜਾਨਵਰ ਪਰਿੰਦੇ ਸਾਰੇ? ਸਾਡੇ ਕੋਲ ਵੈਸੇ ਘੱਟ ਨੁਕਸਾਨ ਕਰਦੇ, ਲੇਕਿਨ ਤਾੜਨੀਆਂ ਪੈਂਦੀਆਂ ਰਾਤ ਨੂੰ, ਉਦੋਂ ਕਰ ਜਾਂਦੀ ਨੁਕਸਾਨ। ਸਹੀ, ਕਦੀ ਕਦੀ ਅਗਰ ਕੋਈ ਪਿੰਜਰਾ ਖੁੱਲ੍ਹਾ ਰਹਿ ਜਾਵੇ, ਹਾਂਜੀ, ਸਪੈਸ਼ਲੀ ਕਬੂਤਰਾਂ ਦਾ, ਮੁਰਗੀ ਤਾਂ ਸ਼ਾਇਦ ਨਹੀਂ ਘੱਟ ਨੁਕਸਾਨ ਕਰਦੀ ਹੈ, ਹਾਂਜੀ, ਲੇਕਿਨ ਕਬੂਤਰ ਜ਼ਿਆਦਾ ਖਾ ਜਾਂਦੀ ਹੈ। ਕਬੂਤਰ ਹੋ ਗਿਆ, ਸਹੀ ਹੋ ਗਿਆ। ਚਲੋ ਜੀ, ਆਓ ਜੀ ਫਿਰ ਗਾਈਆਂ ਵਾਲੇ ਚੱਲੀਏ ਹੁਣ ਆਪਾਂ। ਸਹੀ ਹੈ ਜੀ,
ਇੱਧਰ ਭਾਈ ਕੀ ਸਿਸਟਮ ਲਾਇਆ ਇਹ ਵੀ ਆਪਣੇ ਜਾਨਵਰ ਹਾਂਜੀ ਇਹ ਜਿਹੜੇ ਛੋਟੇ ਜਾਨਵਰ ਆ ਜਾਂਦੇ ਨਾ ਜਿਹੜੇ ਹੁਣ ਮੱਝਾਂ ਦੀ ਮੱਦ ਜਿਹੜੇ ਸੂਣਦੇ ਨਾ ਜਾਨਵਰ ਮੱਝਾਂ ਛੋਟੇ ਬੱਚੇ ਦੇਣ ਦੀਆਂ ਹਾਂਜੀ ਉਹ ਇਹਦੇ ਚ ਆਉਣਦੇ ਸਹੀ ਹੈ ਇਹ ਮੱਝਾਂ ਦੀ ਚੁਆਈ ਹੁੰਦੀ ਹੈ ਇਸ ਜਗ੍ਹਾ ਤੇ ਸਹੀ ਹੈ ਜੀ ਇਹ ਮੱਝਾਂ ਦਾ ਪੋਰਸ਼ਨ ਆ ਸਹੀ ਹੈ ਇਹ ਜਿਹੜਾ ਪੋਰਸ਼ਨ ਆ ਇਹ ਗਾਵਾਂ ਦਾ ਆ ਸਹੀ ਹੁਣ ਕਿਉਂਕਿ ਜੇ ਤਕਰੀਬਨ ਜ਼ਿਆਦਾ ਜਾਨਵਰ ਸਾਡੇ ਟੋਕੜ ਹੋਏ ਹੋਏ ਆ ਹਾਂਜੀ ਤੇ ਇਹ ਮਸ਼ੀਨ ਇਹ ਜਿਹੜੀਆਂ ਮੱਝਾਂ ਵਾਲਾ ਗਾਵਾਂ ਵਾਲਾ ਪੋਰਸ਼ਨ ਹੈ ਇਹਨੇ ਜਿਹੜੇ ਜਾਨਵਰ ਹੋਣ ਦੇ ਉਹ ਫਿਲਟਰ ਦੇ ਆ ਜਾਂਦੇ ਆ ਠੀਕ ਹੋ ਗਿਆ ਹਾਂਜੀ ਹੁਣ ਤਾਂ ਮਿਕਸ ਹੀ ਆ ਵਿੱਚ ਕੀਤੇ ਹੋਏ ਕਿਉਂਕਿ 5-7 ਮੱਝਾਂ ਮਿਲਦੀਆਂ ਉਹਨਾਂ ਦੇ ਜਾਨਵਰ ਬਾਕੀ ਸਾਰੇ ਉੱਧਰ ਸ਼ਿਫਟ ਹੋ ਗਏ ਠੀਕ ਹੋ ਗਿਆ ਜਦੋਂ ਦੁੱਧ ਛੱਡ ਦਿੰਦੇ ਆ ਫਿਰ ਪਿਛਲੇ ਬੰਨੇ ਇੱਕ ਵਾੜਾ ਵਾ ਹਾਂਜੀ ਉਹਨਾਂ ਚੱਲ ਜਾਂਦੇ ਠੀਕ ਹੈ ਤੇ ਇਹ ਸਾਹਮਣੇ ਜਿਹੜੇ ਰਹਿਸ਼ਾਂ ਬਣੀਆਂ ਹਨ 6 ਸਰਵੈਂਟ ਕੁਆਟਰ ਆ ਸਹੀ ਹੈ ਹਾਂਜੀ 2 ਕਮਰੇ ਉੱਧਰ ਆ ਉਹ ਕਮਰੇ ਤੇ ਸਾਡੇ ਇੱਕ ਤਾਂ ਅਸੀਂ ਬਤੌਰੇ ਛੋਟਾ ਜਿਹਾ ਕਿਚਨ ਬਣਾਇਆ ਹੋਇਆ ਹਾਂਜੀ ਤੇ ਬਾਕੀ ਇੱਕ ਆ ਗਿਆ ਉਹਦੇ ਵਿੱਚ ਬੰਕਰ ਦੇ ਵਿੱਚ ਆ ਗਿਆ ਉਹ ਕਮਰਾ ਅਸੀਂ ਬੰਦ ਕਰਤਾ ਸਹੀ ਹੋ ਗਿਆ ਹਾਂਜੀ ਇਧਰਲੀ ਸਾਈਡ ਤੇ ਫਿਰ ਗੋਦਾਮ ਆ ਜਾਂਦਾ ਸਹੀ ਹੈ ਜੀ ਗੋਦਾਮ ਕਾਫੀ ਵੱਡਾ ਹੁਣ ਤਾਂ ਘਰ ਮੱਕੀ ਪਈ ਉੱਥੇ ਹਾਂਜੀ ਸਹੀ ਹੋ ਗਿਆ ਜੀ ਦੋ ਫਿਰ ਸਾਡੀਆਂ ਇੱਥੋਂ ਮਰ ਗਈਆਂ ਸੀਗੀਆਂ ਸਾਡਾ ਪ੍ਰੋਪਰ ਜਿਹੜਾ ਨਿਜ਼ਾਮ ਇਹ ਹੈ ਅਸਲ ਜਿਹੜਾ ਸਾਡਾ ਫਾਰਮ ਆ ਨਾ ਇਹ ਕ੍ਰਾਸ ਜਾਨਵਰ ਵਾਸਤੇ ਸੀ ਇਹ ਹੈ ਚੋਲਿਸਤਾਨੀ ਦੀ ਜਾਂ ਜਿਹੜੀਆਂ ਨਾ ਸਾਹੀਵਾਲ ਅਸਲ ਉਹ ਇੱਥੇ ਰਹਿ ਜਾਂਦੀ ਹੈ ਬਾਕੀ ਜਿਹੜੀਆਂ ਜਾਨਵਰ ਆ ਨਾ ਸਾਡੇ ਪਿੱਛੇ 2-3 ਗਾਵਾਂ ਹੁਣ ਇਹ ਜਿਸ ਤਰ੍ਹਾਂ ਉਹ ਖੜਦੀ ਹੈ ਇੱਥੇ ਦੇ ਪਿਛਲੇ ਬੰਨੇ ਹੋਰ ਜਿਹਨਾਂ ਦੇ ਡਬਲ ਟੈਗ ਹੋਣਗੇ ਨਾ ਉਹ ਹੈ ਸਾਡੀਆਂ ਬਾਹਰ ਵਾਲੀ ਉੱਦਾਂ ਦੱਸ ਇਹਨਾਂ 'ਚ ਹੁਣ 2-3 ਆ ਗਈਆਂ ਨਸਲਾਂ ਸਾਡੇ ਕੋਲ ਚੰਗੀਆਂ ਇੱਕ ਤਾਂ ਇਹ ਮੇਰਾ ਖਿਆਲ ਜਿਹੜੀ ਹਾਂਜੀ ਅਤੇ 1-2 ਹੋਰ ਆ ਉਹ ਅੰਦਰ ਆ ਰਹੀਆਂ ਸਹੀ ਉਹ ਠੀਕ ਆ ਮਸਲ ਦੁੱਧ ਦੇ ਬਾਰੇ ਨਾ ਇਹ ਵੀ ਅਸੀਂ ਮੰਡੀ 'ਚ ਲਈ ਸੀ ਤਾਂ ਠੀਕ ਹੈ ਇਹ ਬਹੁਤ ਚੰਗਾ ਦਿੰਦੀ ਸਹੀ ਆਪਣਾ ਭਾਈ ਨੂੰ ਭੇਜੋ ਮੋਟ ਗਾਈਆਂ ਵੀ ਤਕਰੀਬਨ 17 ਜਾਨਵਰ ਸਾਡੇ ਕੋਲ ਪ੍ਰੈਗਨੈਂਟ ਆ ਹੁਣ ਜਿਹੜੇ ਸਹੀ ਹੈ ਠੀਕ ਹੈ ਨਾ ਟੋਟਲ 27 ਹੈ ਟੋਟਲ 27 ਜਾਨਵਰ ਆ ਟੋਟਲ 27 ਜਾਨਵਰ ਹਾਂਜੀ ਤੇ ਮੱਝਾਂ 'ਚ ਮਾਸ਼ਾਅੱਲਾ ਕਿੰਨੇ ਆ ਕਿੰਨੇ 32 ਚਲੋ ਮਾਸ਼ਾਅੱਲਾ ਤੇ ਇਹਦੇ ਵਿੱਚ ਜੀ ਕਿੰਨੇ ਆਪਾਂ ਮੁਲਾਜ਼ਮ ਤੁਸੀਂ ਰੱਖੇ ਹੋਏ ਨੇ ਇਹ ਇਹਨਾਂ ਸਾਰੇ ਜਾਨ 2 ਮੁਲਾਜ਼ਮ ਆ ਗਾਵਾਂ ਦੇ ਵਿੱਚ ਤੇ 2 ਮੱਝਾਂ ਦੇ ਵਿੱਚ ਇੱਕ ਟਾਈਮ ਅਸੀਂ ਸੈਲੇਜ ਪਾਉਂਦੇ ਰਾਤ ਨੂੰ ਟੋਟਲ ਸੈਲੇਜ ਪਾਉਂਦੇ ਸ਼ਾਮ ਨੂੰ ਚਵਾਈ ਤੋਂ ਬਾਅਦ ਸੈਲੇਜ ਪਾ ਦਿੰਦੇ ਹਾਂ ਸਹੀ ਹੈ ਤੇ ਦਿਨ ਦੇ ਟਾਈਮ ਬੰਦੇ ਇੱਕ ਇੱਕ ਰੇੜਾ ਚੰਗਾ ਜਿਹੜਾ ਸੀ ਕੋਈ ਨੈਪਰਾ ਸਾਡੇ ਕੋਲ ਜਾਂ ਕੋਈ ਮੱਕੀ ਚੱਲਦੀ ਹੈ ਸਹੀ ਹੈ ਜੀ ਇੱਕ ਰੇੜਾ ਮੱਝਾਂ ਵਾਲਿਆਂ ਨੇ ਵੱਢ ਕੇ ਲਿਆਉਣਾ ਵਾ ਨੈਪਰੇ ਦਾ ਹਾਂਜੀ ਇੱਕ ਗਾਵਾਂ ਵਾਲਿਆਂ ਨੇ ਸਹੀ ਤੇ ਅੱਧਾ ਅੱਧਾ ਰੇੜਾ ਨਾਲ ਮੱਕੀ ਦਾ ਵੱਢਦੇ ਫਿਰ ਸਹੀ ਹੈ ਦਿਨ ਦੇ ਟਾਈਮ ਜਿਹੜਾ ਵਾ 2 ਟਾਈਮ ਅਸੀਂ ਪੱਠੇ ਪਾਉਂਦੇ ਹਾਂ ਹਾਂਜੀ ਇੱਕ ਵਾਰੀ ਸਵੇਰ ਨੂੰ ਇੱਕ ਵਾਰੀ ਤੁਸੀਂ ਕਹ ਲਓ ਵੀ ਹੁਣ ਜਿਸ ਤਰ੍ਹਾਂ ਪਾਏ ਹੋਏ ਆ ਹਾਂਜੀ ਇਹ ਹੁਣ ਵੰਡਾ ਛੰਡਾ ਸਿਸਟਮ ਦੇ ਖਾ ਜਾਣ ਹਾਂਜੀ ਉਹ ਜਿਹੜੀ ਗਾਂ ਆ ਇਹ ਵੀ ਬਾਹਰੋਂ ਮੰਗਵਾਈ ਹੋਈ ਹੈ ਇਹ ਜਿਹੜੀ ਖੜੀ ਹੈ ਜੀ ਇਹ ਵੀ ਖੜੀ ਹੈ ਸਹੀ ਉਹ ਇੱਕ ਇਟਲੀ ਸਾਈਡ ਤੇ ਖੜੀ ਹੈ ਡਬਲ ਟੈਂਕ ਨਾਲ ਦੇ ਬੰਕਰ ਨਾਲ ਨੰਬਰ ਲੱਗਾ ਸਹੀ ਆ ਜਿਹੜੀ ਇਧਰ ਲੱਗੀ ਹੈ ਠੀਕ ਹੋ ਗਿਆ ਅੱਛਾ ਜੀ ਇਹ ਸੀਗੇ ਜਾਨਵਰ ਤੁਹਾਨੂੰ ਵਿਖਾਏ ਨੇ ਗਾਈਆਂ ਅਤੇ ਮੱਝਾਂ ਮਾਸ਼ਾਅੱਲਾ ਅਤੇ ਨਾਲ ਮੋਟੀਆਂ ਮੋਟੀਆਂ ਗੱਲਾਂ ਵੀ ਭਾਈ ਨਾਲ ਸ਼ੇਅਰ ਕੀਤੀਆਂ ਨੇ ਉਹ ਵੀ ਤੁਹਾਨੂੰ ਦੱਸੀਆਂ ਨੇ ਅਤੇ ਹੁਣ ਤੁਹਾਨੂੰ ਅੱਗੇ ਲੈ ਕੇ ਜਾਂਦੇ ਹਾਂ ਟਰੈਕਟਰ ਅਤੇ ਔਜ਼ਾਰਾਂ ਵੱਲ ਟਰੈਕਟਰ ਭਾਈ ਫਾਰਮ 'ਤੇ ਕਿਹੜੇ ਜ਼ਿਆਦਾ ਇਸਤੇਮਾਲ ਕਰਦੇ ਜੀ ਜ਼ਿਆਦਾ 4 ਵੀਲ ਕਰਦੇ ਹਾਂ ਸਹੀ ਹੈ ਵੈਸੇ 85 ਵੀ ਕਰਦੇ ਹਾਂ ਰੂਟਾਵੇਟਰ ਜ਼ਿਆਦਾ ਇਹਦਾ ਨਾ ਮਾਰ ਲਈਦਾ ਸਹੀ ਅਤੇ ਹਾਲ ਡਿਸਕਾਂ ਲੇਜ਼ਰ ਇਹ 3 ਚੀਜ਼ਾਂ ਜਿਹੜੀਆਂ ਸਪੈਸ਼ਲੀ ਇਹਦੇ ਨਾਲ ਹੀ ਅਸੀਂ ਮਾਰਦੇ ਹਾਂ ਸਹੀ ਇਹ ਕਲਟੀਵੇਟਰ ਕਿਹੜੇ ਘਰ ਦਾ ਬਣਿਆ ਹੋਇਆ ਜੀ ਇਹ ਨਸਰੁੱਲਾ ਓਕਾੜਾ ਤਕਰੀਬਨ ਕਿੰਨੇ ਦਾ ਮਿਲਿਆ ਸੀਗਾ ਜੀ ਇਹ ਕਿੰਨਾ ਅਰਸਾ ਪਹਿਲੇ ਲਿਆ ਸੀ ਇਹ 2 ਸਾਲ ਪਹਿਲੇ ਲਿਆ ਸੀਗਾ ਅਤੇ ਉਦੋਂ ਤਾਂ 1,30,000 ਦਾ ਆਇਆ ਸੀ ਇਹ ਹਾਂਜੀ ਹੁਣ ਤਾਂ ਵੈਸੇ ਕਾਫੀ ਮਹਿੰਗੇ ਹੋ ਗਏ ਹੁਣ ਤਾਂ ਇੱਕ ਹਾਲ ਅਸੀਂ ਉੱਥੇ ਮੰਗਵਾਏ ਆ ਮਾਛੀਵਾਲ 13 ਹੀ ਅਤੇ ਉਹ ਤਾਂ ਮਿਲਿਆ 2,00,000 ਮੇਰਾ ਖਿਆਲ 10,000 ਦੇ ਹਾਂ ਹੁਣ ਇੱਦਾਂ ਹੀ ਕੰਮ ਚਲਾ ਗਿਆ ਜੀ ਅਤੇ ਇਹ ਵਾਲਾ ਟਰੈਕਟਰ ਜਿਹੜਾ ਜੀ ਇਹ ਕਿਹੜਾ ਮਾਡਲ ਆ ਤੁਹਾਡਾ 4x4 ਇਹ 2021 ਮਾਡਲ ਆ ਜੀ ਅਕਤੂਬਰ 'ਚ ਲਿਆਂਦਾ ਸੀ ਹੁਣ ਅਕਤੂਬਰ 'ਚ 27 ਅਕਤੂਬਰ ਨੂੰ 2 ਸਾਲ ਪੂਰੇ ਹੋ ਜਾਣੇ ਨੇ ਸਹੀ ਹਾਂਜੀ ਅਤੇ ਤਕਰੀਬਨ ਕਿੰਨਾ ਕੁ ਚੱਲ ਗਿਆ ਜੀ ਇਹ ਤਕਰੀਬਨ 2200 ਘੰਟਾ ਚੱਲ ਗਿਆ ਤਕਰੀਬਨ 2200 ਘੰਟਾ ਚੱਲ ਗਿਆ ਅਤੇ ਇੰਜਣ ਉਂਜਣ ਦੀ ਕੀ ਸੂਰਤ ਹਾਲ ਆ ਜੀ ਇੰਜਣ ਦੀ ਸੂਰਤ ਹਾਲ ਬਸ ਕਮਜ਼ੋਰ ਆ ਜੀ ਇੰਜਣ ਹੁਣ ਲੱਗ ਗਿਆ ਕੰਮ ਹਾਂਜੀ ਲੱਗ ਗਿਆ ਕੰਮ ਦੇ ਸਹੀ ਸਹੀ ਹਾਂਜੀ ਅਤੇ ਪਲੈਂਟਰ ਮੱਕੀ ਵਾਲਾ
ਇਹ ਪਲਾਂਟਰ ਅਸੀਂ ਜ਼ਿਆਦਾ ਇਹਦੇ ਨਾਲ ਲਾਉਂਦੇ ਹਾਂ। ਸਾਡੇ ਕੋਲ ਦੋ ਪਲਾਂਟਰ ਆ, ਇੱਕ ਤਾਂ ਅੰਦਰ ਗੋਦਾਮ 'ਚ ਪਿਆ ਜਿਹਨਾਂ ਅਸੀਂ ਖਾਦ ਕੇਰ ਦੇ ਨਾਲ, ਹਾਂਜੀ, ਅਤੇ ਇਹ ਜਿਹੜਾ ਪਲਾਂਟਰ ਆ ਇਹਨਾਂ ਅਸੀਂ ਸੈਲਜ ਵਾਸਤੇ ਛੋਟਾ ਵੱਡਾ ਕਰਕੇ ਅਤੇ ਫਿਰ ਛੋਟੀਆਂ ਜ਼ਿਆਦਾ ਖੇੜਾਂ ਨਿਕਲ ਜਾਂਦੀਆਂ, ਸੈਲਜ ਜ਼ਿਆਦਾ ਬਣ ਜਾਂਦੇ। ਸਹੀ ਹੋ ਗਏ, ਹਾਂਜੀ। ਅਤੇ ਇੱਧਰ ਨਾਲ ਹੈ ਤੂੜੀ ਤੂੜੀ ਵਾਲਾ ਸਿਸਟਮ ਬਣਾਇਆ ਹੈ ਤਾਂ ਬੇਸਿਕਲੀ ਜਿਹੜੇ ਜਾਨਵਰ ਦੁੱਧ ਛੱਡਦੇ ਨਾ ਜਿਹੜੇ ਜਾਨਵਰ ਜੀ, ਹਾਂਜੀ, ਇਹ ਇੱਥੇ ਸ਼ਿਫਟ ਹੁੰਦੇ ਆ। ਫਿਰ ਇਹ ਕੇਸਵਾੜੇ ਦੇ ਵਿੱਚ ਹੈ, ਕੁਧਲੀ ਸਾਈਡ 'ਤੇ ਆ ਹੁਣ, ਕਿਉਂਕਿ ਦੁੱਧ ਛੱਡੇ ਜਾਨਵਰ ਚੱਲ ਗਿਆ ਵੱਡਿਆਂ ਵਾੜਿਆਂ ਦੇ ਵਿੱਚ, ਹਾਂਜੀ, ਇਸ ਤੋਂ ਇਹ ਖਾਲੀ ਪਿਆ ਸੀ, ਫਿਰ ਤੂੜੀ ਇੱਥੇ ਸਿੱਟ ਲਈ। ਠੀਕ ਹੋ ਗਿਆ, ਠੀਕ ਹੋ ਗਿਆ। ਅੱਛਾ ਜੀ, ਇਹ ਡਿਸਕ ਕਿਹੜੇ ਘਰ ਦੀ ਹੈ ਜੀ, ਕਿੱਥੋਂ ਦੀ? ਇਹ ਨਸਰੁੱਲਾ ਜ਼ਰੀਨ ਇੰਡਸਟਰੀ ਜੀ। ਇਹ ਵੀ ਉੱਥੋਂ ਦੀ, ਉਕਾੜੇ ਦੀ? ਹਾਂਜੀ। ਅੱਛਾ ਜੀ, ਹਾਂਜੀ। ਇਹ ਕਿਹੜੇ ਸੰਚ ਬਣੀ ਸੀ ਤਕਰੀਬਨ ਜੀ? ਇਹ 2022 ਮਾਡਲ ਆ ਜੀ। 2022 26 ਇੰਚ ਦਾ ਤਵਾ ਪਿਆ ਜੀ? ਨਹੀਂ, 24 ਦਾ ਜੀ। 24 ਇੰਚ ਦਾ? ਹਾਂਜੀ। ਅੱਛਾ, ਤਾਈਵਾਨ ਦਾ, ਇਟਲੀ ਦਾ ਨਾ, ਤੁਰਕੀ ਦਾ? ਤੁਰਕੀ ਦਾ। ਤੇ ਕਿੰਨੇ ਦੀ ਇਹ ਤੁਰਕੀ ਦੇ ਤਵੇ ਨਾਲ ਬਣੀ ਸੀ ਜੀ ਉਦੋਂ? ਇਹ ਮੇਰਾ ਖਿਆਲ 6 ਲੱਖ ਦੀ। ਨਹੀਂ ਨਹੀਂ, ਹਾਂ, 6 ਲੱਖ ਵਾਲੀ ਤੇ ਹੁਣ 4,90,000 ਦੀ। ਇਹ ਉਦੋਂ 4,90,000 ਦੀ ਬਣੀ? ਹਾਂਜੀ ਹਾਂਜੀ। ਅੱਛਾ, ਤਵਾ ਤਾਂ, ਲੇਕਿਨ ਇਹ ਤਵਾ ਨਹੀਂ ਪਾਉਣਾ ਚਾਹੀਦਾ ਜੀ। ਅੱਛਾ ਜੀ, ਤਵਾ ਉਮਰ ਚਾਨਾ ਦਾ ਪਾਉਣਾ ਚਾਹੀਦਾ। ਹਾਂਜੀ, ਉਹ ਘਸਦਾ ਥੋੜ੍ਹਾ ਜਿਹਾ, ਇਹ ਇਹਦਾ ਨਾ ਮੂੰਹ ਬਹੁਤ ਮੋਟਾ ਜੀ। ਹਾਂਜੀ, ਉਨੀ ਅੱਛੀ ਕਤਰਾਈ ਨਹੀਂ ਕਰਦਾ ਜਿੰਨਾ ਉਮਰ ਚਾਨਾ ਦਾ ਕਰਦਾ। ਇਹਨੂੰ ਜਿੰਨਾ ਤਿੱਖਾ ਹੋਣਾ ਚਾਹੀਦਾ, ਬਲੇਡ ਉਦਾਂ ਨਹੀਂ। ਹਾਂਜੀ ਹਾਂਜੀ, ਉਹਨਾਂ ਨਹੀਂ ਹੁੰਦਾ। ਵੈਰੀ ਗੁੱਡ, ਇਹ ਕੰਮ ਦੀ ਗੱਲ ਕੀਤੀ ਇਹਨਾਂ ਨੇ। ਮੈਂ ਵੀ ਅਕਸਰ ਵੀਡੀਓ 'ਚ ਆਪਣੀ ਚੀਜ਼ ਦਾ ਲੋਕਾਂ ਨੂੰ ਰਿਕਮੈਂਡ ਕਰਦਾ, ਉਮਰ ਚਾਨਾ ਹੈ ਜੀ। ਹਾਂਜੀ ਹਾਂਜੀ, ਉਹਦੀ ਉਹ ਇੰਨਾ ਬਲੇਡ ਬਣ ਜਾਂਦਾ ਜੀ, ਇੰਨਾ ਤਿੱਖਾ ਹੋ ਗਿਆ। ਸਾਡੇ ਕੋਲ ਹੁਣ ਜਿਹੜੀਆਂ 20 ਤਵੇ ਦੀਆਂ ਇਸੇ ਘਰ ਦੀਆਂ ਮੰਗਵਾਈਆਂ ਨਾ ਜੀ, ਉਮਰ ਚਾਨਾ ਦੀਆਂ, ਕੱਲ੍ਹ ਮੈਂ ਉਹਦੇ ਨਾਲ ਕੁਤਰੀਆਂ ਅਸੀਂ ਛਿੜੀ, ਜਿਹੜੀਆਂ ਕਪਾਹ ਦੀਆਂ ਛਿੜੀਆਂ। ਹਾਂਜੀ, ਅਤੇ ਉਹ ਅਸੀਂ ਇੱਕ ਸੀ ਪਹਿਲੇ ਰੂਟਾਵੇਟਰ ਮਾਰੀ, ਉੱਤੋਂ 2 ਡਿਸਕਾਂ ਦੀ ਮਾਰੀ, ਐਂ ਪਤਾ ਨਹੀਂ ਲੱਗਦਾ ਸੀਗਾ ਵੀ ਇਹਦੇ ਛੜੀਆਂ ਹੈਗੀਆਂ ਸੀ ਕਿ ਨਹੀਂ। ਮੋਟੀ ਜਿਹੜੇ ਮੁੱਢ ਸੀ ਨਾ ਜੀ, ਉਹ ਵੀ ਕੁਤਰਦੇ ਉਹਨੇ। ਵੈਰੀ, ਇਹ ਨਹੀਂ ਕੁਤਰਦਾ ਜੀ, ਇਹ ਨਹੀਂ ਕੁਤਰਦਾ। ਹਾਂਜੀ, ਹਾਲਾਂਕਿ ਬੰਦਾ ਇੱਦਾਂ ਜਦੋਂ ਸੁਣਦਾ ਨਾ ਨਾਮ ਤੁਰਕੀ ਇਟਲੀ ਜੇ ਉਹ, ਬੰਦਾ ਕਹਿੰਦਾ ਵੀ ਯਾਰ ਇਹ ਬਹੁਤ ਅੱਛੀ ਚੀਜ਼ ਹੋਣੀ, ਇਹੀ ਪਵਾਓ। ਸਾਨੂੰ ਉਹਨੇ ਕਿਹਾ ਸੀ ਕਿ ਮਿੱਟੀ ਨਹੀਂ ਲੱਗਦੀ ਇਹਦੇ ਨਾਲ, ਲੇਕਿਨ ਮਿੱਟੀ ਲੱਗਦੀ ਹੈ ਇਹਦੇ ਨਾਲ ਵੀ। ਇਹ ਦੇਖੋ ਨਾ, ਮਿੱਟੀ ਇਹਨਾਂ ਨੇ ਵੀ ਨਾਲ ਪਕੜੇ ਹੋਏ ਮਿੱਟੀ, ਤਵੇ 'ਤੇ ਦੇਖੋ ਜਿਸ ਮਕਸਦ ਲਈ ਪਵਾਇਆ ਸੀ, ਜਿੱਦਾਂ ਉਹ ਹੁਣ ਮਿੱਟੀ ਲੱਗੀ ਹੋਈ ਹੈ, ਉਹ ਅਗਲੇ ਕੋਨੇ ਵਾਲੇ ਨੂੰ ਵੀ ਲੱਗੀ ਹੋਈ ਹੈ ਮਿੱਟੀ। ਹਾਂਜੀ, ਜਾਂ ਤਾਂ ਅੱਗੇ ਬਿਲਕੁਲ ਮਿੱਟੀ ਨਾ ਲਵੇ ਲੱਗੇ ਇਹਦੇ ਨਾਲ, ਤਾਂ ਫਿਰ ਤਾਂ ਚਲੋ ਬੰਦੇ ਨੂੰ ਸਮਝ ਆਉਂਦੀ ਹੈ। ਹਾਂਜੀ, ਲੇਕਿਨ ਇਹ ਮਿੱਟੀ ਨਾ ਵੀ ਲੱਗਦੀ ਵੀ ਹੋਵੇ, ਨਾ ਲੱਗਦੀ ਹੋਵੇ, ਲੇਕਿਨ ਇਹ ਨਹੀਂ ਪਾਉਣੇ ਚਾਹੀਦੇ। ਹਾਂਜੀ, ਉਮਰ ਚਾਨਾ ਦੀ ਜਿਹੜੀ ਚੈਸ ਹੈ ਨਾ ਜੀ, ਕਤਰਾਈ ਬਹੁਤ ਅੱਛੀ ਕਰਦਾ। ਹਾਂਜੀ, ਅਤੇ ਇਹ ਗੋਦਾਮ ਦੇ ਵਿੱਚ ਸਾਰੀ ਮੱਕੀ ਮਾਸ਼ਾਅੱਲਾ ਸਟਾਕ ਹੋਈ ਪਈ? ਇਹ ਮੱਕੀ ਸਟਾਕ ਹੋਈ ਪਈ ਹੈ ਜੀ। ਅਤੇ ਤੁਸੀਂ ਜਦੋਂ ਸਟਾਕ ਕੀਤੀ ਹੋਣੀ ਉਦੋਂ ਰੇਟ ਜ਼ਿਆਦਾ ਹੋਣਾ ਅਤੇ ਹੁਣ ਘੱਟ ਗਿਆ? ਹਾਂਜੀ, ਬਸ ਤੁਸੀਂ ਇੱਦਾਂ ਹੀ ਕਹਿ ਲਓ, ਉਦੋਂ 2,200 ਨੂੰ ਵਿਕਦੀ ਸੀ, ਹੁਣ ਤਾਂ 2,000 ਰੁਪਏ ਆ ਗਈ। ਰੂਟਾਵੇਟਰ ਜੀ ਉਹਨਾਂ ਦਾ? ਅੱਛਾ, ਇਹ ਰੂਟਰ ਹੈ ਜੀ। ਹਾਂਜੀ, ਇਹ ਕਿੰਨੇ ਕਟਰ ਹੈ ਜੀ? ਇਹ 54 ਜੀ। 54 ਕਟਰ? ਹਾਂਜੀ। ਇਹ ਹੁਣੀ ਕਿਤੇ ਬਣਵਾਇਆ ਭਾਈ? ਇਹ ਹੁਣੀ ਮੇਰਾ ਖਿਆਲ ਕੋਈ ਇਹਨਾਂ 17 ਕਿੱਲੇ ਸੀ ਵਾਏ ਬਸ। ਅੱਛਾ, 17 ਕਿੱਲੇ ਵਾਏ। ਅਤੇ ਇਹ ਕਿੰਨੇ ਦਾ ਬਣਿਆ ਜੀ? ਇਹ 3,35,000 ਦਾ ਭਾਈ। ਬਣੇ 3,35,000? ਅੱਛਾ, ਕੀ ਵਜ੍ਹਾ ਬਣੀ? ਕਿਉਂ? ਇੱਕ ਤਾਂ ਇਹਦੀ ਨਾ ਜੀ, ਇਹ ਚਾਦਰ ਬਹੁਤ ਹਲਕੀ ਹੈ। ਅੱਛਾ, ਇਹ ਦੇਖੋ ਖੜਕਾ ਕੇ, ਜਿੱਦਾਂ ਟੀਮ ਨਹੀਂ ਹੁੰਦਾ। ਹਾਂ ਬਿਲਕੁਲ। ਉਹਨੂੰ ਫੋਨ ਕੀਤਾ, ਉਹਨੇ ਕਿਹਾ ਥੱਲੇ ਤਾਂ ਡਬਲ ਚਾਦਰ ਲੱਗੀ ਆ ਜਿਹੜੀ ਮਿੱਟੀ ਨਹੀਂ ਪਕੜਨ ਦਿੰਦੀ, ਸਿਲਵਰ ਸਟੀਲ ਦੀ ਕਹਿ ਲਓ ਤੁਸੀਂ। ਇਸ ਤਰ੍ਹਾਂ ਹੀ ਫੱਟਾ ਇਹਦਾ ਇੰਨਾ ਨਾਜ਼ਕ ਹੋਣ ਤੋਂ ਫੱਟਾ ਇੱਧਰੋਂ ਕੀਤਾ ਨਹੀਂ ਜਾ ਸਕਦਾ ਪਾਸੇ। ਫੱਟੇ 'ਤੇ ਜੋ ਰੂਟਾਵੇਟਰ ਚੱਲਦਾ ਨਾ, ਮਿੱਟੀ ਥੱਲੇ ਉਹਦੀ ਨਿਕਲ ਜਾਂਦੀ ਆ। ਅੱਛਾ, ਹਾਂਜੀ, ਸਾਡੇ ਕੋਲ ਮਕਬੂਲ ਵਾਲਿਆਂ ਦਾ ਰੂਟਾਵੇਟਰ ਆ, ਅਤੇ ਉਹ ਬਿਹਤਰੀਨ ਚੱਲਦਾ। ਇਹ ਤਾਂ ਮਿੱਟੀ ਲੱਗੀ ਨਾਲ ਕਰਕੇ ਠੱਪ ਠੱਪ ਕਰਦਾ। ਹਾਂਜੀ। ਅੱਛਾ, ਥੱਲਿਓਂ ਉਹਨੇ ਕਿਹਾ ਵੀ ਚਾਦਰ ਪਸੰਦ ਦੀਆਂ ਮੈਂ ਇਹਦੀਆਂ। ਹਾਂ, ਦੂਸਰਾ ਨਾ, ਮਕਬੂਲ ਵਾਲਿਆਂ ਨੇ ਇੱਥੇ ਇੱਕ ਪਲੇਟ ਲਾਈ ਹੈ। ਹਾਂਜੀ, ਇੱਥੋਂ ਤੱਕ ਅਸੀਂ ਉਹਨੂੰ ਕੀ ਕਰਦੇ ਹਾਂ, ਇਹਦੇ ਤੋਂ ਜਦੋਂ ਥੋੜ੍ਹਾ ਮਾਰਦੇ ਨਾ ਜੀ, ਹਾਂਜੀ, ਉਹ ਮਿੱਟੀ ਸਾਰੀ ਇਹਦੀ ਬਾਡੀ ਵਾਲੀ, ਸਾਨੂੰ ਨਾ ਖੁਰਪੇ ਵਗੈਰਾ ਨਾਲ ਖੁਰਚਣੀ ਨਹੀਂ ਪੈਂਦੀ। ਹਾਂ, ਮੈਂ ਸਮਝਦਾ ਵੀ ਰੂਟਾਵੇਟਰ ਵਾਲਿਆਂ ਨੂੰ ਇੱਥੇ ਇੱਕ ਪਲੇਟ ਆ, 2 ਸੂਤਰ ਦੀ, 3 ਸੂਤਰ ਦੀ, 2 ਇੰਚ ਚੌੜੀ ਲਾ ਦੇਣੀ ਚਾਹੀਦੀ, ਤਾਂ ਕਿ ਉੱਤੋਂ ਥੋੜ੍ਹਾ ਮਾਰੋ ਤੁਸੀਂ, ਤੁਹਾਡੀ ਮਿੱਟੀ ਗਿਰ ਜਾਏ। ਹਾਂਜੀ, ਹੁਣ ਮਕਬੂਲ ਵਾਲਿਆਂ ਦਾ ਰੂਟਾਵੇਟਰ ਹੈ ਨਹੀਂ ਗਾ। ਇੱਥੇ ਉਹ ਖਰਾਬ ਨਹੀਂ। ਅੱਛਾ, ਹੁਣ ਇੱਥੇ ਥੋੜ੍ਹਾ ਮਾਰਦਾ ਨਾ ਇਹ, ਇੱਥੇ ਮਾਰਦਾ, ਇਹ ਵੱਜਦੀ ਸੱਟ ਇੱਥੇ। ਹਾਂਜੀ, ਅਗਰ ਇੱਥੇ ਮਾਰੇਗਾ ਨਾ ਸੱਟ, ਫਿਰ ਇਹ ਮਿੱਟੀ ਥੱਲੇ ਲੈ ਜਾਂਦੀ ਹੈ, ਚੜ ਜਾਂਦੀ ਹੈ। ਹਾਂ, ਚੜ ਜਾਂਦੀ ਹੈ। ਉਦਾਂ ਰੂਟਾਵੇਟਰ ਭਾਰਾ ਵੀ ਹੋ ਜਾਂਦਾ, ਜਿਵੇਂ ਹੁਣ ਮਿੱਟੀ ਲੱਗੀ ਹੈ ਨਾ ਥੱਲੇ, ਛੁਰੀਆਂ ਬਿਲਕੁਲ ਮਿੱਟੀ ਦੇ ਵਿੱਚੋਂ ਲੰਘਣ ਦਈਆਂ, ਉੱਤੋਂ ਨਾਲ ਟਕਾ। ਹਾਂਜੀ 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 ਹਾਂਜੀ। ਜਿਹੜੇ ਸਪੇਸ ਘੱਟ ਹੁੰਦੀ ਨਾ ਜੀ, ਉੱਤੋਂ ਮਿੱਟੀ ਉੱਤੇ ਚਿੰਬੜਦੀ, ਵੱਤਰੇ ਚੱਲਦਾ, ਲੋਡ ਵੀ ਬਹੁਤ ਲੈਂਦਾ ਹੁੰਦਾ ਆ, ਫਿਰ ਟਰੈਕਟਰ ਲੋਡ ਲੈਂਦਾ ਔਰ ਬੇਤਹਾਸ਼ਾ ਲੈਂਦਾ। ਹਾਂਜੀ, ਇਹਦੇ ਵਿੱਚ ਬਹੁਤ ਫਰਕ ਪੈਂਦਾ, ਕਈ ਵਾਰੀ ਬੰਦੇ ਨੂੰ ਨਹੀਂ ਪਤਾ ਲੱਗਦਾ, ਅਤੇ ਉਹ ਲੇਕਿਨ ਉਹ ਵੱਤਰ ਜਦੋਂ ਚੱਲਦਾ ਉੱਤੇ ਚਿੰਬੜ ਜਾਂਦੀ ਨਾ ਜੀ, ਉਦੋਂ ਫਿਰ ਫਰਕ ਪੈਂਦਾ ਜੀ। ਚੀਜ਼ਲ ਕਿਹੜੇ ਕਰਦਾ ਜੀ ਆਪਣੇ? ਇਹ ਚੀਜ਼ਲ ਵੀ ਉਸੇ ਕਰਦਾ ਜੀ। ਅੱਛਾ, ਉਸੇ ਦਾ ਅਸੀਂ ਜ਼ਾਰ ਉਸੇ ਕੋਲ ਲੈਂਦੇ ਸਾਰੇ। ਇਹ ਕਾਫੀ ਬੜਾ ਆ, ਤੇ ਆਪਣਾ ਟਰੈਕਟਰ ਕਿਹੜਾ ਸਹੀ ਇਹਨੂੰ ਖਿੱਚਦਾ? ਇਹਨੂੰ 4-wheel ਹੀ ਖਿੱਚਦਾ ਜੀ। ਟਾਪ ਲੋਜ ਖਿੱਚਦਾ ਕਿ ਪਹਿਲੇ? ਨਹੀਂ ਜੀ, ਪਹਿਲੇ 'ਚ। ਪਹਿਲੇ ਜੇ ਖਿੱਚਦਾ ਜਿੰਨੇ ਆਪਾਂ ਲਾਉਣੇ ਆ। ਹਾਂ, ਅਗਰ ਫੁੱਲ ਲਾਉਣੇ ਫਿਰ ਟਾਪ ਲੋਜ ਚੱਸ ਦੀ ਕਰਾਉਂਦਾ।
दूसरे डेरे ते पिया वा ज्यादा वैसे यही हुण इस्तेमाल कर दे ठीक है इतना छेती जरा डीजल दा क्योंकि सस्ता डीजल है हाँ जी अच्छा जी ते एक हैवी ड्यूटी बनया जी ते किन्ने तकरीबन पैसे लगे सी 2,25,000 2,25,000 ये पहले मेरे कजन ने लिया सी उदे आ चीजा सी खिच दितियां सी असी लियान के दा पाया फिर असी जदों बनाया तो उन्हें क्या भी यह चीज़ा मजबूत बनाई इन्हें उदे सी एंगल लगा हुआ इन्हें उन्हें जड़ी प्लेट है ना उन्हें बैंड दे के फिर लाइया हुई चादर दी जेड़ा एंगल सी टुट जांदा यह हुण ठीक है ना असी वैसे जोर जमाई करके देखी है लेकिन ठीक है हाँ जी अच्छा अच्छा सही हो गया जी गुड हो गया जी अच्छा जी लो जी अहमद भाई साहब को अज आए थे भाई ताहिर इकबाल इन्हों के फादर साहब ने उन्होंने वैसे मैं उन्होंने मैक लगाया मैं जी उन्होंने गलबात कर देने तो पहले भाई अहमद मैं पकड़ना सी तो उन्होंने सगों बेहतर गाइड किया मैनू तो एक शॉर्ट जिहा टूर सीगा इन्हां दे फार्म दा तो चौधरी बरादरान ने यह तो वीडियो किवें लगी है कमेंट करके अपनी राय भी दियो तो थैंक्स फॉर वाचिंग जी अहमद भाई तो भाई का आप बहुत शुक्रिया जी चौ साहब बहुत शुक्रिया टाइम दिता है अहमद भाई थोड़ा बहुत शुक्रिया जी हाँ जी बहुत शुक्रिया जी